ਸਾਡੇ ਇਲਾਕੇ ਦਾ ਹਾਲ ਵੇਖੋ, ਕਤਰਾ ਕੋਈ ਬਾਰਿਸ਼ ਹੋਵੇ ਤੇ ਇੱਥੇ ਦੋ ਦੋ ਫੁੱਟ ਪਾਣੀ ਖਲੋ ਜਾਂਦਾ ਹੈ। ਸਾਡੇ ਛੋਟੇ ਛੋਟੇ ਕਾਰੋਬਾਰ ਨੇ ਅੰਦਰ ਵੜ ਕੇ ਵੇਖ ਲਓ, ਹਰ ਸ਼ੈ ਫਨਾ ਹੋ ਗਈ ਹੈ, ਦੋ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਾਡਾ। ਅੱਗੇ ਹੀ ਅਸੀਂ ਮਕਰੂਜ਼ ਹਾਂ ਤੇ ਮਜ਼ੀਦ ਸਾਡਾ ਕੋਈ ਜੇ ਚਾਰ ਨੇ ਹੈ ਉਹ ਪਾਣੀ ਨੇ ਅੱਗ ਤਬਾਹ ਕਰ ਛੱਡੇ। ਸਾਡੀਆਂ ਵਰਕਸ਼ਾਪਾਂ 'ਚ ਪਾਣੀ ਵੜ ਕੇ ਅਸੀਂ ਕੰਮ ਨਹੀਂ ਕਰ ਸਕਦੇ, ਕੋਈ ਚੀਜ਼ ਨਹੀਂ ਨਾ ਲਿਆ ਸਕਦੀਆਂ ਨਾ ਖਾ ਸਕਦੀਆਂ। ਇਤਨਾ ਕੁ ਪਾਣੀ ਹੁੰਦਾ ਕਿ ਥੋੜੀ ਜਿਹੀ ਬਾਰਿਸ਼ ਹੁੰਦੀ ਹੈ, ਦੋ ਦੋ ਤਿੰਨ ਤਿੰਨ ਦਿਨ ਜਿਹੜਾ ਨਾ ਪਾਣੀ ਨਹੀਂ ਉਤਰਦਾ, ਮਹੱਲੇ ਦੇ ਵਿੱਚ ਸ਼ਾਰਟ ਸਰਕਟ ਹੋ ਜਾਂਦਾ, ਬੱਚਿਆਂ ਨੂੰ ਸ਼ਾਰਟ ਪੈਂਦੀ ਹੈ, ਸੜਕ ਤੇ ਜਾ ਕੇ ਸਬਜ਼ੀ ਵਗੈਰਾ ਤੱਕ ਲਿਆਉਣ ਤੋਂ ਅਸੀਂ ਕਾਸਰ ਹੋ ਜਾਂਦੇ ਹਾਂ। ਇਹ ਵੇਖੋ ਜੀ ਸਾਡੇ ਮਹੱਲੇ ਦਾ ਹਾਲ, ਸਾਡੇ ਇਲਾਕੇ ਦਾ ਹਾਲ ਵੇਖੋ, ਕਤਰਾ ਕੋਈ ਬਾਰਿਸ਼ ਹੋਵੇ ਤੇ ਇੱਥੇ ਦੋ ਦੋ ਫੁੱਟ ਪਾਣੀ ਖਲੋ ਜਾਂਦਾ ਹੈ। ਸਾਡੇ ਛੋਟੇ ਛੋਟੇ ਕਾਰੋਬਾਰ ਨੇ ਅੰਦਰ ਵੜ ਕੇ ਵੇਖ ਲਓ, ਹਰ ਸ਼ੈ ਫਨਾ ਹੋ ਗਈ ਹੈ, ਦੋ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਸਾਡਾ। ਨਿੱਕੇ ਨਿੱਕੇ ਬੱਚੇ ਨੇ ਉਹ ਵੇਖੋ ਸਾਡੇ ਪਾਣੀ ਦੇ ਵਿੱਚੋਂ ਗੁਜ਼ਰਦੇ ਨੇ ਪਏ, ਵੋਟ ਲੈਣ ਸਾਰੇ ਆ ਗਏ ਹਨ, ਹੁਣ ਇੱਧਰ ਕੋਈ ਬੰਦਾ ਵੜ ਕੇ ਰਾਜ਼ੀ ਨਹੀਂ ਆਇਆ। ਤੁਹਾਡੀ ਮਿਹਰਬਾਨੀ ਹੈ, ਮੈਂ ਗੌਰਮੈਂਟ ਅੱਗੇ ਅਪੀਲ ਕਰਨਾ, ਮੂਸਾ ਲਾਈ ਸਾਹਿਬ ਅੱਗੇ ਅਪੀਲ ਕਰਨਾ ਵਾ ਕਿ ਤੁਹਾਡੀ ਮਿਹਰਬਾਨੀ ਹੈ, ਤਾਂ ਕੋਈ ਹੱਲ ਕੀਤਾ ਜਾਏ, ਅਸੀਂ ਤਾਂ ਬਰਬਾਦ ਹੋ ਗਏ ਹਾਂ। ਛੋਟੇ ਛੋਟੇ ਸਾਡੇ ਕਾਰੋਬਾਰ ਨੇ, ਦੋ ਦੋ ਚਾਰ ਚਾਰ ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ, ਦੋ ਮਿੰਟ ਬਾਰਿਸ਼ ਹੋਵੇ ਤੇ ਇੱਥੇ ਦੋ ਦੋ ਫੁੱਟ ਪਾਣੀ ਖਲੋ ਜਾਂਦਾ, ਇਹਦੀ ਨਿਕਾਸੀ ਦਾ ਕੋਈ ਹੱਲ ਕੀਤਾ ਜਾਏ। ਸਾਡੇ ਦੁਕਾਨਾਂ ਵਿੱਚ ਪਾਣੀ ਵੜ ਗਿਆ ਤੇ ਬਾਰਿਸ਼ ਦੀ ਵਜ੍ਹਾ ਤੋਂ, ਡੀਸੀ ਸਾਹਿਬ ਨੂੰ ਵੀ ਜਿਹੜਾ ਇਹਨੇ ਇਤਲਾਹ ਦਿੱਤੀ ਹੈ, ਸੀਓ ਸਾਹਿਬ ਨਾਲ ਵੀ ਗੱਲ ਕੀਤੀ, ਲੇਕਿਨ ਇੱਧਰ ਜਿਹੜਾ ਨਾ ਕੋਈ ਨਹੀਂ ਮੁੜਦਾ, ਤੇ ਮਿਹਰਬਾਨੀ ਕਰਕੇ ਸਾਡੇ ਹਾਲ ਤੇ ਰਹਿਮ ਕਰੋ, ਸਾਡੀਆਂ ਵਰਕਸ਼ਾਪਾਂ 'ਚ ਪਾਣੀ ਵੜ ਗਿਆ, ਅਸੀਂ ਕੰਮ ਨਹੀਂ ਕਰ ਸਕਦੇ। ਇੰਨਾ ਇੰਨਾ ਪਾਣੀ ਖਲੋਤੇ ਆ ਕਿ ਅਸੀਂ ਮੱਸੇ 'ਚੋਂ ਪਰੇਸ਼ਾਨ ਆ, ਸਾਡੇ ਕਾਰਖਾਨੇ 'ਚ ਪਾਣੀ ਚਲਾ ਗਿਆ, ਸਾਡੇ ਫਰਨੀਚਰ ਬਣੇ ਤਬਾਹ ਹੋ ਗਏ ਨੇ, ਅੱਗੇ ਹੀ ਅਸੀਂ ਮਕਰੂਜ਼ ਹਾਂ, ਯਾਨੀ ਕਿ ਹਰ ਪਾਸਿਓਂ ਮੁਲਕ ਨੇ ਸਾਨੂੰ ਕਮਰਾਂ ਨਾਲ ਤਬਾਹ ਕਰ ਛੱਡੇ ਆ, ਤੇ ਮਜ਼ੀਦ ਸਾਡਾ ਕੋਈ ਜੇ ਚਾਰ ਨੇ ਆਏ ਉਹ ਪਾਣੀ ਨੇ ਅੱਗ ਤਬਾਹ ਕਰ ਛੱਡੇ, ਸਾਡੇ ਕਾਰਖਾਨੇ ਤੱਕ ਪਾਣੀ ਟੁੱਟ ਗਿਆ। ਜ਼ਰਾ ਕੁ ਬਾਰਿਸ਼ ਹੋਵੇ ਪੂਰੇ ਸ਼ਹਿਰ ਦਾ ਪਾਣੀ ਇੱਧਰ ਆ ਜਾਂਦਾ ਤੇ ਬਿਜਲੀ ਦਾ ਨਿਜ਼ਾਮ ਖਤਮ ਹੋ ਜਾਂਦਾ ਤੇ ਕੋਈ ਚੀਜ਼ ਨਹੀਂ ਨਾ ਲਿਆ ਸਕਦੀਆਂ ਨਾ ਖਾ ਸਕਦੀਆਂ, ਤੇ ਤੁਸੀਂ ਵੇਖ ਲਓ ਗੁੰਲਾ ਤੁਹਾਡੇ ਸਾਹਮਣੇ ਤਹਿਨੇ ਦੇ ਵਿੱਚ ਪਾਣੀ 8 ਫੁੱਟ ਖਲੋਤੇ ਆ। ਇਹ ਪੂਰੇ ਮਹੱਲੇ ਦੇ ਵਿੱਚ ਪਾਣੀ ਦੀ ਜਿਹੜੀ ਹੈ ਨਾ, ਥੋੜੀ ਜਿਹੀ ਬਾਰਿਸ਼ ਹੁੰਦੀ ਹੈ ਤੇ ਬਹੁਤ ਜ਼ਿਆਦਾ ਪਾਣੀ ਆ ਜਾਂਦਾ। ਕਈ ਵਾਰੀ ਸਰਕਾਰੀ ਸਾਰੇ ਅਦਾਰੇ ਅਹੁਦੇਦਾਰਾਂ ਦੇ ਅੱਗੇ ਜਾ ਕੇ ਰਿਕੁਐਸਟ ਕੀਤੀ ਹੈ ਕਿ ਆ ਕੇ ਇਹਦੀ ਹਾਲਤ ਵੇਖੋ, ਇਹ ਪਾਣੀ ਦਾ ਕੋਈ ਨਿਜ਼ਾਮ ਜਿਹੜਾ ਨਾ ਬਿਹਤਰ ਕਰਨ ਦੀ ਕੋਸ਼ਿਸ਼ ਕਰੋ। ਇਤਨਾ ਕੁ ਪਾਣੀ ਹੁੰਦਾ ਕਿ ਥੋੜੀ ਜਿਹੀ ਬਾਰਿਸ਼ ਹੁੰਦੀ ਹੈ, ਦੋ ਦੋ ਤਿੰਨ ਤਿੰਨ ਦਿਨ ਜਿਹੜਾ ਨਾ ਪਾਣੀ ਨਹੀਂ ਉਤਰਦਾ, ਮਹੱਲੇ ਦੇ ਵਿੱਚ ਸ਼ਾਰਟ ਸਰਕਟ ਹੋ ਜਾਂਦਾ, ਬੱਚਿਆਂ ਨੂੰ ਸ਼ਾਰਟ ਪੈਂਦੀ ਹੈ, ਸੜਕ ਤੇ ਜਾ ਕੇ ਸਬਜ਼ੀ ਵਗੈਰਾ ਤੱਕ ਲਿਆਉਣ ਤੋਂ ਅਸੀਂ ਕਾਸਰ ਹੋ ਜਾਂਦੇ ਹਾਂ। ਸਾਡੀ ਤਮਾਮ ਆਲਾ ਅਦਾਰਿਆਂ ਅੱਗੇ, ਤਮਾਮ ਸਿਆਸਤਦਾਨਾਂ ਅੱਗੇ ਅਪੀਲ ਹੈ ਕਿ ਬਰਾਏ ਮਿਹਰਬਾਨੀ ਇਹਦਾ ਕੋਈ ਮੁਨਾਸਬ ਔਰ ਜਲਦੀ ਹੱਲ ਕੀਤਾ ਜਾਏ। इस अगस्त हम मना रहे हैं आजादी के 77 साल और सेठीज दे रहा है नाकाबिले यकीन कीमतों पर खरीदारी की आजादी। तो आज ही अपने करीबी सेठीज के स्टोर का विजिट करें और हासिल करें 77% तक का बड़ा आजादी डिस्काउंट। सेठीज, अ कंप्लीट फैमिली स्टोर।